ਇਹ ਸੈਂਟਰ ਸਰਕਾਰ ਮੋਦੀ ਸਰਕਾਰ ਵੱਲੋਂ ਕੀਤਾ ਗਿਆ, ਇਕੱਲੇ ਟਰੈਕਟਰਾਂ ਦਾ ਨੁਕਸਾਨ ਨਹੀਂ, ਸਾਡਾ ਕੱਲ੍ਹ ਇੱਕ ਨੌਜਵਾਨ ਸ਼ੁਭਕਰਨ ਸਿੰਘ ਉਹਦਾ ਵੀ ਨੁਕਸਾਨ ਹੋਇਆ। ਸਾਡੇ ਹੋਰ 100 ਦੇ ਕਰੀਬ ਜਿਹੜੇ ਵਰਕਰ ਆ ਉਹ ਜ਼ਖਮੀ ਹੋਏ। ਲਗਾਤਾਰ ਗੋਲਾਬਾਰੀ ਕਰਕੇ ਗੋਲੀਆਂ ਚਲਾ ਕੇ ਸਾਡੇ ਵਰਕਰਾਂ ਨੂੰ, ਆਗੂਆਂ ਨੂੰ ਜ਼ਖਮੀ ਕੀਤਾ ਗਿਆ। ਕੱਲ੍ਹ ਵੀ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਅਤੇ ਸਰਵਣ ਸਿੰਘ ਜੀ ਪੰਧੇਰ ਜਿਹੜੇ ਉਹ ਅੱਗੇ ਲੱਗੇ ਹੋਏ ਸੀ ਸ਼ੰਭੂ ਬਾਰਡਰ 'ਤੇ, ਸ਼ਹਿਰ ਸੋਡਾ ਮੀਡੀਆ ਕਵਰੇਜ ਕਰ ਰਿਹਾ ਸੀ, ਹਾਂ ਸ਼ੰਭੂ ਬਾਰਡਰ 'ਤੇ, ਅਤੇ ਉੱਥੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜ਼ਖਮੀ ਵੀ ਹੋਏ ਆ, ਜਿਹੜੇ ਪਟਿਆਲਾ ਦੇ ਰਜਿੰਦਰਾ ਹੋਸਪਿਟਲ ਦਾਖਲ ਆ। ਬਿਲਕੁਲ ਸਾਡੇ ਜਿੰਨੇ ਵੀ ਆਗੂ ਨੇ ਉਹ ਅੱਗੇ ਨੇ, ਜਿੰਨਾ ਕਿਸਾਨ 13 ਤਰੀਕ ਦਾ ਇਸ ਬਾਰਡਰ 'ਤੇ ਬੈਠਾ ਹੋਇਆ ਉਹਨਾਂ ਦੇ ਕੋਲ ਆਪਣੀਆਂ ਟਰਾਲੀਆਂ 'ਚ ਝੰਡਿਆਂ ਤੋਂ ਸਿਵਾਏ ਕੋਈ ਵੀ ਹਥਿਆਰ ਨਹੀਂ। ਇਹਨਾਂ ਨੇ ਆਨੇ ਬਹਾਨੇ ਪੰਜਾਬ ਸਰਕਾਰ ਨੇ, ਸੈਂਟਰ ਸਰਕਾਰ ਦੇ ਕੁਝ ਇੱਥੇ ਜਿਹੜੇ ਸੂਈਏ ਫਿਰਦੇ ਉਹਨਾਂ ਨੇ ਤਲਾਸ਼ੀ ਲੈ ਚੁੱਕੇ ਆ। ਕੋਈ ਇੱਥੋਂ ਜਵਾਬੀ ਕਾਰਵਾਈ ਕੀ ਹੋਜੂਗੀ, ਕੀ ਕਾਹਦੇ ਨਾਲ ਅਟੈਕ ਕੀਤਾ ਸਾਡੇ ਜਵਾਨਾਂ ਨੇ? ਬਿਲਕੁਲ ਨਹੀਂ, ਇਹ ਇੱਕ ਜਾਣਬੁੱਝ ਕੇ ਘੜੀ ਘੜਾਈ ਘਟਨਾ ਜਿਹੜੀ ਸੁਣਾਈ ਜਾ ਰਹੀ ਹੈ ਚੈਨਲਾਂ 'ਤੇ। ਇਹਨਾਂ ਨੇ ਹਮਲਾ ਕੀਤਾ ਸਾਰੇ ਕਿਸਾਨ ਆਗੂਆਂ 'ਤੇ, ਕਿਸਾਨ ਵਰਕਰਾਂ 'ਤੇ, ਸਾਰੇ ਸਮੁੱਚੇ ਕਿਸਾਨ ਮਜ਼ਦੂਰਾਂ 'ਤੇ ਪ੍ਰੀ ਪਲੈਨ ਉੱਧਰੋਂ ਅਟੈਕ ਕੀਤਾ ਗਿਆ। ਇਸ ਮੋਰਚੇ ਨੂੰ ਫੇਲ ਕਰਨ ਲਈ ਬੀਜੇਪੀ ਦਾ ਪੂਰਾ ਜ਼ੋਰ ਲੱਗਿਆ ਹੋਇਆ। ਬੀਜੇਪੀ ਦੇ ਸਟੇਟ ਆਗੂ, ਸੈਂਟਰ ਆਗੂ ਸਾਰੇ ਇਹਨੂੰ WTO ਦੇ ਜਿਹੜੇ ਮਾਲਕ ਆ, ਗੈਟ ਸਮਝੌਤੇ ਵਾਲੇ ਜਿੰਨੀਆਂ ਵੱਡੀਆਂ ਵੱਡੇ ਫੋਰਮ ਆ, ਉਹ ਸਾਰੇ ਇਸ ਨੂੰ ਫੇਲ ਕਰਨ ਲਈ ਤੁਲੇ ਹੋਏ ਨੇ। ਤਾਂ ਹੀ ਦਿਖਾ ਰਹੇ ਨੇ ਵਾਰ ਵਾਰ ਕਿ ਇਹ ਸਿਰਫ ਮੋਰਚਾ ਪੰਜਾਬ 'ਚੋਂ ਉੱਠਿਆ ਨਾ, ਪੰਜਾਬ 'ਚੋਂ ਉੱਠਿਆ ਜ਼ਰੂਰ ਸੀ ਪਰ ਹੁਣ ਇਹਦੇ ਨਾਲ ਰਾਜਸਥਾਨ, MP, UP ਸਾਰੀਆਂ ਸਟੇਟਾਂ ਜੁੜੀਆਂ ਹੋਈਆਂ ਨੇ, ਉਹਨਾਂ ਸਟੇਟਾਂ ਨੂੰ ਇਹ ਦਬਾਈ ਬੈਠੇ ਨੇ। ਪੰਜਾਬ ਦੇ ਲੋਕ ਬਹਾਦਰ ਨੇ, ਇਹ ਇਹਨਾਂ ਦੇ ਦਬਾਅ ਨਾਲ ਦਬਦੇ ਨਹੀਂ। ਇਹ ਸੈਂਟਰ ਸਰਕਾਰ ਮੋਦੀ ਸਰਕਾਰ ਵੱਲੋਂ ਕੀਤਾ ਗਿਆ, ਇਕੱਲੇ ਟਰੈਕਟਰਾਂ ਦਾ ਨੁਕਸਾਨ ਨਹੀਂ, ਸਾਡਾ ਕੱਲ੍ਹ ਇੱਕ ਨੌਜਵਾਨ ਸ਼ੁਭਕਰਨ ਸਿੰਘ ਉਹਦਾ ਵੀ ਨੁਕਸਾਨ ਹੋਇਆ। ਸਾਡੇ ਹੋਰ 100 ਦੇ ਕਰੀਬ ਜਿਹੜੇ ਵਰਕਰ ਆ ਉਹ ਜ਼ਖਮੀ ਹੋਏ। ਲਗਾਤਾਰ ਗੋਲਾਬਾਰੀ ਕਰਕੇ ਗੋਲੀਆਂ ਚਲਾ ਕੇ ਸਾਡੇ ਵਰਕਰਾਂ ਨੂੰ, ਆਗੂਆਂ ਨੂੰ ਜ਼ਖਮੀ ਕੀਤਾ ਗਿਆ। ਸਾਡੀ ਮਸ਼ੀਨਰੀ ਦਾ ਨੁਕਸਾਨ ਜਾਣਬੁੱਝ ਕੇ ਪ੍ਰੀ ਪਲੈਨ ਕੀਤਾ ਗਿਆ। ਦੇਖੋ ਜਿੰਨਾ ਕਿਸਾਨ 13 ਤਰੀਕ ਦਾ ਇਸ ਬਾਰਡਰ 'ਤੇ ਬੈਠਾ ਹੋਇਆ ਉਹਨਾਂ ਦੇ ਕੋਲ ਆਪਣੀਆਂ ਟਰਾਲੀਆਂ 'ਚ ਝੰਡਿਆਂ ਤੋਂ ਸਿਵਾਏ ਕੋਈ ਵੀ ਹਥਿਆਰ ਨਹੀਂ। ਇਹਨਾਂ ਨੇ ਆਨੇ ਬਹਾਨੇ ਪੰਜਾਬ ਸਰਕਾਰ ਨੇ, ਸੈਂਟਰ ਸਰਕਾਰ ਦੇ ਕੁਝ ਇੱਥੇ ਜਿਹੜੇ ਸੂਈਏ ਫਿਰਦੇ ਉਹਨਾਂ ਨੇ ਤਲਾਸ਼ੀ ਲੈ ਚੁੱਕੇ ਆ। ਕੋਈ ਇੱਥੋਂ ਜਵਾਬੀ ਕਾਰਵਾਈ ਕੀ ਹੋਜੂਗੀ, ਕੀ ਕਾਹਦੇ ਨਾਲ ਅਟੈਕ ਕੀਤਾ ਸਾਡੇ ਜਵਾਨਾਂ ਨੇ? ਬਿਲਕੁਲ ਨਹੀਂ, ਇਹ ਇੱਕ ਜਾਣਬੁੱਝ ਕੇ ਘੜੀ ਘੜਾਈ ਘਟਨਾ ਜਿਹੜੀ ਸੁਣਾਈ ਜਾ ਰਹੀ ਹੈ ਚੈਨਲਾਂ 'ਤੇ। ਇਹਨਾਂ ਨੇ ਹਮਲਾ ਕੀਤਾ ਸਾਰੇ ਕਿਸਾਨ ਆਗੂਆਂ 'ਤੇ, ਕਿਸਾਨ ਵਰਕਰਾਂ 'ਤੇ, ਸਾਰੇ ਸਮੁੱਚੇ ਕਿਸਾਨ ਮਜ਼ਦੂਰਾਂ 'ਤੇ ਪ੍ਰੀ ਪਲੈਨ ਉੱਧਰੋਂ ਅਟੈਕ ਕੀਤਾ ਗਿਆ। ਦੇਖੋ ਇਸ ਮੋਰਚੇ ਨੂੰ ਫੇਲ ਕਰਨ ਲਈ ਬੀਜੇਪੀ ਦਾ ਪੂਰਾ ਜ਼ੋਰ ਲੱਗਿਆ ਹੋਇਆ। ਬੀਜੇਪੀ ਦੇ ਸਟੇਟ ਆਗੂ, ਸੈਂਟਰ ਆਗੂ ਸਾਰੇ ਇਹਨੂੰ WTO ਦੇ ਜਿਹੜੇ ਮਾਲਕ ਆ, ਗੈਟ ਸਮਝੌਤੇ ਵਾਲੇ ਜਿੰਨੀਆਂ ਵੱਡੀਆਂ ਵੱਡੇ ਫੋਰਮ ਆ, ਉਹ ਸਾਰੇ ਇਸ ਨੂੰ ਫੇਲ ਕਰਨ ਲਈ ਤੁਲੇ ਹੋਏ ਨੇ।
ਤਾਂ ਹੀ ਦਿਖਾ ਰਹੇ ਨੇ ਵਾਰ ਵਾਰ ਕੇ ਇਹ ਸਿਰਫ ਮੋਰਚਾ ਪੰਜਾਬ ਚੋਂ ਉੱਠਿਆ ਨਾ, ਪੰਜਾਬ ਚੋਂ ਉੱਠਿਆ ਜ਼ਰੂਰ ਸੀ ਪਰ ਹੁਣ ਇਹਦੇ ਨਾਲ ਰਾਜਸਥਾਨ, MP, UP ਸਾਰੀਆਂ ਸਟੇਟਾਂ ਜੁੜੀਆਂ ਹੋਈਆਂ ਨੇ, ਉਹਨਾਂ ਸਟੇਟਾਂ ਨੂੰ ਇਹ ਦਬਾਈ ਬੈਠੇ ਨੇ। ਪੰਜਾਬ ਦੇ ਲੋਕ ਬਹਾਦਰ ਨੇ, ਇਹ ਇਹਨਾਂ ਦੇ ਦਬਾਅ ਨਾਲ ਦਬਦੇ ਨਹੀਂ। ਦੇਖੋ ਕੱਲ ਵੀ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਤੇ ਸਰਵਣ ਸਿੰਘ ਜੀ ਬੰਧੇਰ ਜਿਹੜੇ ਉਹ ਅੱਗੇ ਲੱਗੇ ਹੋਏ ਸੀ ਸਿੰਘੂ ਬਾਰਡਰ ਤੇ, ਸ਼ਾਇਦ ਤੁਹਾਡਾ ਮੀਡੀਆ ਕਵਰੇਜ ਕਰ ਰਿਹਾ ਸੀ, ਹਾਂ ਸ਼ੰਭੂ ਬਾਰਡਰ ਤੇ, ਤੇ ਉੱਥੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜ਼ਖਮੀ ਵੀ ਹੋਏ ਆ, ਜਿਹੜੇ ਪਟਿਆਲਾ ਦੇ ਰਜਿੰਦਰਾ ਹਸਪੀਟਲ ਦਾਖਲ ਆ। ਬਿਲਕੁਲ ਸਾਡੇ ਜਿੰਨੇ ਵੀ ਆਗੂ ਨੇ ਉਹ ਅੱਗੇ ਨੇ, ਅਸੀਂ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਿੱਛੇ ਰਹਿਣ। ਸਾਡੇ ਆਗੂ ਚਾਹੇ ਉਹ ਸਟੇਟ ਲੈਵਲ ਦੇ ਹੋਣ, ਚਾਹੇ ਉਹ ਜ਼ਿਲ੍ਹਾ ਆਗੂ ਹੋਣ, ਚਾਹੇ ਸਾਡੇ ਬਲਾਕ ਆਗੂ ਹੋਣ, ਕੱਲ ਵੀ ਅਸੀਂ 100 ਤੋਂ 200 ਵਲੰਟੀਅਰ ਦੇ ਰੂਪ ਚ ਅਸੀਂ ਆਗੂ ਲਾਏ ਹੋਏ ਸੀ। ਦੇਖੋ ਸਰਕਾਰ ਕੋਈ ਵੀ ਹੋਵੇ ਉਹ ਹਾਕਮ ਇੱਕੋ ਜਿਹਾ ਹੀ ਹੁੰਦਾ, ਭਾਵੇਂ ਉਹ ਸਟੇਟ ਸਰਕਾਰ ਹੋਵੇ ਭਾਵੇਂ ਸੈਂਟਰ ਦੀ ਸਰਕਾਰ ਹੋਵੇ, ਸਰਕਾਰ ਕੋਈ ਹੋਵੇ ਉਹ ਇੱਕੋ ਫੋਰਮ ਤੇ ਕੰਮ ਕਰਦੀ ਹੈ, ਇੱਕੋ ਕਹਾਣੀਆਂ ਘੜਦੀ ਹੈ। ਬਿਲਕੁਲ ਕਿਸਾਨਾਂ ਦਾ ਨਾਂ ਕਿਸੇ ਨੇ ਸਾਥ ਦਿੱਤਾ ਤੇ ਨਾ ਦੇਣਾ। ਬਿਲਕੁਲ ਕੂਚ ਦਾ ਪਲਾਨ ਏਦਾਂ ਹੀ ਰਹੇਗਾ, ਅਸੀਂ ਕੂਚ ਕਰਾਂਗੇ। ਇਹ ਸਰਕਾਰ ਆ ਸਾਡੇ ਤੇ ਕਿੰਨਾ ਅਤਿਆਚਾਰ ਕਰਦੀ ਹੈ, ਕਿਹੋ ਜਿਹਾ ਜ਼ੁਲਮ ਕਰਦੀ ਆ, ਉਹ ਸਰਕਾਰ ਦੀ ਮਰਜ਼ੀ। ਅਸੀਂ ਕੂਚ ਕਰਨ ਲਈ ਆਏ ਹਾਂ, ਦਿੱਲੀ ਜਾਣ ਲਈ ਆਏ ਹਾਂ, ਸਾਡੇ ਟਰੈਕਟਰ ਦਿੱਲੀ ਜਾਣਗੇ। ਮੁੰਡਾ ਰੋ ਪਿਆ, ਕਹਿੰਦਾ ਵੀ ਬਾਪੂ ਤੂੰ ਮੈਨੂੰ ਕਿਉਂ ਭਰਤੀ ਕਰਾਇਆ, ਕਹਿੰਦਾ ਆਹ ਦਿਨ ਦਿਖਾਉਣ ਵਾਸਤੇ ਵੀ ਤੇਰੇ ਤੇ ਕਹਿੰਦਾ ਅਟੈਕ ਕਰਾਂ। ਦੇਖੋ ਬੱਚੇ ਸਾਡੇ ਹੀ ਨਹੀਂ ਉਹ, ਠੀਕ ਆ, ਅਸੀਂ ਆਪਦੇ ਉਹਨਾਂ ਨੂੰ ਖਿੱਤੇ ਚੋਂ ਥੋੜੀ ਜਿਹੀ ਆਮਦਨ ਵਧਾਉਣ ਲਈ ਪੜ੍ਹਾ ਲਿਖਾ ਕੇ ਉਹਨਾਂ ਨੂੰ ਨੌਕਰੀ ਵਾਲੇ ਪਾਸੇ ਭੇਜਤਾ, ਅੱਜ ਉਹਨਾਂ ਦੀ ਮਜਬੂਰੀ ਬਣ ਗਈ ਹੈ, ਉਹ ਪਿੱਛੇ ਵੀ ਨਹੀਂ ਮੁੜ ਸਕਦੇ, ਠੀਕ ਹੈ। ਪਰ ਸਾਡੇ ਤੇ ਅਟੈਕ ਕਰਨਾ ਉਹਨਾਂ ਦੀ ਮਜਬੂਰੀ ਆ, ਕਿਉਂਕਿ ਜਿਹੜੀਆਂ ਉੱਤੇ ਤਾਕਤਾਂ ਬੈਠੀਆਂ ਉਹ ਲਗਾਤਾਰ ਉਹਨਾਂ ਤੇ ਪ੍ਰੈਸ਼ਰ ਦਬਾਅ ਬਣਾ ਰਹੀਆਂ ਨੇ। ਦੇਖੋ ਉਹ ਉਲਝਾਉਣਾ ਚਾਹੁੰਦੇ ਨੇ ਲੋਕਾਂ ਨੂੰ, ਲਗਾਤਾਰ ਉਲਝਾਈ ਜਾ ਰਹੇ ਨੇ, ਮੀਟਿੰਗਾਂ ਦੇ ਕੇ ਸਮੇਂ ਨੂੰ ਟਪਾ ਰਹੇ ਨੇ, ਸਾਡੇ ਆਗੂਆਂ ਦਾ, ਸਾਡੇ ਵਰਕਰਾਂ ਦਾ, ਸਾਡੇ ਆਮ ਲੋਕਾਂ ਦਾ ਉਹ ਨੁਕਸਾਨ ਕਰ ਰਹੇ ਨੇ। ਇੱਕ ਪਾਸੇ ਤਾਂ ਕੱਲ ਮੀਟਿੰਗ ਦਾ ਸੱਦਾ ਦਿੱਤਾ, ਦੂਜੇ ਪਾਸੇ ਐਡਾ ਵੱਡਾ ਅਟੈਕ ਖਨੌਰੀ ਬਾਰਡਰ ਤੇ ਲੋਕਾਂ ਦੇ ਕਰ ਦਿੱਤਾ ਗਿਆ। ਸਟੇਜ ਲੱਗੀ ਹੋਈ ਸੀ, ਸਟੇਜ ਲੱਗੀ ਹੋਈ ਤੋਂ ਅਟੈਕ ਕੀਤਾ, ਆਹ ਸਾਡੀ ਗੱਡੀ ਜਿਹੜੀ ਤੁਸੀਂ ਟੁੱਟੀ ਹੋਈ ਦਿਖਾ ਰਹੇ, ਇਹ ਸਟੇਜ ਚੱਲ ਰਹੀ ਸੀ ਇਹ 'ਤੇ, ਇਹਦੇ 'ਤੇ ਸਾਡੇ ਇੱਕ ਮੁੰਡਾ ਸਾਡਾ ਨੌਜਵਾਨ ਸ਼ੁਭਕਰਨ ਸ਼ਹੀਦ ਕਰਤਾ, ਸਾਡੇ ਹੋਰ 5 ਬੰਦਿਆਂ ਨੂੰ ਗੋਲੀਆਂ ਵੱਜੀਆਂ, 100 ਤੋਂ ਵੱਧ ਬੰਦਾ ਸਾਡਾ ਜ਼ਖਮੀ ਹੋਇਆ। ਸੈਂਟਰ ਸਰਕਾਰ 2 ਪਾਸੜ ਕੰਮ ਕਰ ਰਹੀ ਹੈ, ਸਾਨੂੰ ਦਬਾਉਣ ਦੀ ਕੋਸ਼ਿਸ਼ ਵੀ ਕਰ ਰਹੀ ਹੈ, ਪਰ ਇੱਕ ਪਾਸੇ ਉਲਝਾ ਕੇ ਮੀਟਿੰਗਾਂ ਦੇ ਰੂਪ 'ਚ ਸਾਨੂੰ ਰੋਕਣਾ ਵੀ ਚਾਹੁੰਦੀ ਹੈ। ਬੜਾ ਵੱਡਾ ਬਿਆਨ ਆਇਆ ਸੀ ਖੱਟਰ ਦਾ, ਜੋ ਵੀ BJP ਦੇ CM ਨੇ,
ਕਹਿੰਦੇ ਜੀ ਇੱਕ ਗੱਲ ਸਮਝ ਨੀ ਆ ਰਹੀ ਵੀ ਕਿਸਾਨ ਦਿੱਲੀ ਕੀ ਕਰਨਾ, ਕਹਿੰਦੇ ਅਸੀਂ ਉਰੇ ਮੀਟਿੰਗ ਕਰ ਰਹੇ ਨੇ, ਕਹਿੰਦੇ ਦਿੱਲੀ ਕਿਉਂ ਜਾ ਰਹੇ? ਸਾਫ ਸ਼ਬਦਾਂ ਉਹਨਾਂ ਨੇ ਅੱਤਵਾਦੀ ਦੱਸਿਆ ਆਪਣੇ ਸਾਰੇ ਭਾਈਚਾਰੇ। ਤੁਸੀਂ ਇਹ ਦੱਸੋ ਦਿੱਲੀ ਨੂੰ ਆਜ਼ਾਦ ਕਰਵਾਉਣ ਚ ਵੀ ਸਭ ਤੋਂ ਵੱਧ ਸਾਡੇ ਪੰਜਾਬ ਦੇ ਲੋਕਾਂ ਦੀਆਂ 90% ਕੁਰਬਾਨੀਆਂ, ਤੇ ਅੱਜ ਸਾਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ। ਅਸੀਂ ਕਿਹੜਾ ਦਿੱਲੀ ਜਾ ਕੇ ਕਬਜ਼ਾ ਕਰਨ ਚੱਲੇ ਹਾਂ? ਅਸੀਂ ਆਪਣੀਆਂ ਮੰਗਾਂ ਖਾਤਰ ਚੱਲੇ ਹਾਂ, ਨਾ ਕੋਈ ਅਸੀਂ ਸਾਡੇ ਕੋਲੇ ਕੋਈ ਹਥਿਆਰ ਹੈ, ਬਿਨਾਂ ਝੰਡੇ ਤੋਂ ਬਿਨਾਂ ਡੰਡੇ ਤੋਂ ਸਾਡੇ ਕੋਲੇ ਕੋਈ ਹਥਿਆਰ ਨਹੀਂ। ਰਾਸ਼ਨ ਜਿਹੜਾ ਆਮ ਘਰਾਂ 'ਚ ਹੁੰਦਾ ਉਹ ਸਾਡੀਆਂ ਟਰਾਲੀਆਂ 'ਚ ਆ, ਸਾਡੀਆਂ ਟਰਾਲੀਆਂ ਦੀ ਤਲਾਸ਼ੀ ਲੈ ਲੈਣ, ਪਰ ਦਿੱਲੀ ਜਾ ਕੇ ਹੱਕ ਮੰਗਣਾ ਸਾਡੇ ਲਈ ਗਲਤ ਕਿਵੇਂ ਹੋ ਗਿਆ ਉਹ ਸਾਨੂੰ ਸਾਬਤ ਕਰਨ। ਪਰ ਇੱਕ ਨਾ ਇਹ ਬੜੀ ਵੱਡੀ ਗੱਲ ਉੱਠਦੀ ਹੈ, ਜਦੋਂ ਤੁਸੀਂ ਗੱਲ ਕੀਤੀ ਹੈ ਨਾ, ਜਦੋਂ ਤਾਂ ਇਹਨਾਂ ਲੋਕਾਂ ਨੂੰ ਖੋਫ, ਪੰਜਾਬ ਦੇ ਲੋਕ ਤੇ ਸੇਵਾ ਕਰਦੇ ਲੰਗਰ ਪਾਣੀ ਲਗਾਉਂਦੇ ਨੇ, ਤੇ ਅੱਜ ਉਹੀ ਬੀਜੇਪੀ ਹੈ, ਅੱਜ ਸਾਡੇ ਪੰਜਾਬ ਵਿਰਸਾ ਵੀ ਹੈ, ਇਹ ਖੜਦੇ ਨਹੀਂ, ਬੋਲਦੇ ਨਹੀਂ। ਦੇਖੋ ਪਿੱਛੇ ਜੇ ਤੁਸੀਂ ਇੱਕ ਦੇਖਿਆ ਹੋਊਗਾ, ਰਾਜਨਾਥ ਨੇ ਕੁਝ ਸਿੱਖ ਰੈਜੀਮੈਂਟ ਦੀਆਂ ਗੱਡੀਆਂ ਤੋਰੀਆਂ ਸੀ, ਉਹਨਾਂ ਤੇ ਇਹ ਖਾਲਸਾਈ ਨਿਸ਼ਾਨ ਲਾ ਕੇ ਆਪ ਜਕਾਰਾ ਛੱਡਿਆ ਸੀ। ਅੱਜ ਇਸੇ ਖਾਲਸਾਈ ਨਿਸ਼ਾਨ ਨੂੰ ਉਹ ਖਾਲਿਸਤਾਨੀ ਦਾ ਨਾਮ ਦੇ ਰਹੇ ਨੇ। ਦੇਖੋ ਸਰਕਾਰ ਸਮੇਂ ਸਮੇਂ ਤੇ